ਅੱਜ ਭਾਰਤ ਨਗਰ ਵਿਖੇ BSNL ਐਕਸਚੇਂਜ ਦੇ ਸਾਹਮਣੇ BSNL ਦੇ ਠੇਕਾ ਮੁਲਾਜ਼ਮਾਂ ਵੱਲੋਂ ਨੰਗੇ ਧੜ ਹੋ ਕੇ ਕੀਤਾ ਗਿਆ ਪ੍ਰਦਰਸ਼ਨ। ਉਹਨਾਂ ਦਾ ਕਹਿਣਾ ਹੈ ਕਿ ਇੱਕ ਠੇਕੇਦਾਰ ਹੈ ਜੋ 200 ਮੁਲਾਜ਼ਮਾਂ ਦਾ 2 ਕਰੋੜ ਰੁਪਏ ਦੇ ਨੇੜ ਇਹਨਾਂ ਦੇ ਪੈਸੇ ਰੋਕੀ ਬੈਠਾ ਹੈ। ਇਹਨਾਂ ਦੇ 15 ਤੋਂ 20 ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ, ਜਿਸ ਨੂੰ ਲੈ ਕੇ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰਦੇ ਆ ਰਹੇ ਹਨ। ਪਰ ਠੇਕੇਦਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ, ਜਿਸ ਨੂੰ ਲੈ ਕੇ ਅੱਜ ਇਹਨਾਂ ਵੱਲੋਂ BSNL ਐਕਸਚੇਂਜ ਦੇ ਸਾਹਮਣੇ ਇਹਨਾਂ ਵੱਲੋਂ ਨੰਗੇ ਧੜੋ ਕੇ ਇੱਕ ਪ੍ਰਦਰਸ਼ਨ ਕੀਤਾ ਗਿਆ ਅਤੇ BSNL ਐਕਸਚੇਂਜ ਦੇ ਨਾਲ ਇੱਕ ਰੋਸ ਮਾਰਚ ਕੀਤਾ ਗਿਆ। ਨੰਗੇ ਧੜੋ ਕੇ BSNL ਐਕਸਚੇਂਜ ਦੀ 4 ਸਵੇਰੇ ਇਹਨਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹਨਾਂ ਦਾ ਕਹਿਣਾ ਹੈ ਕਿ ਹੁਣ ਸਾਡੇ ਸਿਰਫ ਕੱਪੜੇ ਅਸੀਂ ਲਾਹ ਦਿੱਤੇ ਅਤੇ ਅਗਰ ਠੇਕੇਦਾਰ ਸਾਡਾ ਖੂਨ ਚੂਸਣਾ ਚਾਹੁੰਦਾ ਤਾਂ ਸਾਡਾ ਖੂਨ ਚੂਸ ਸਕਦਾ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਵੱਲੋਂ ਨੰਗੇ ਧੜ ਹੋ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਧਰ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਾ ਵੀ ਇਹਨਾਂ ਦੀ ਹਮਾਇਤ 'ਤੇ ਆ ਚੁੱਕੀ ਹੈ ਅਤੇ ਉਹਨਾਂ ਵੱਲੋਂ ਵੀ ਅੱਜ ਇਹਨਾਂ ਦਾ ਸਮਰਥਨ ਕੀਤਾ ਗਿਆ। ਮੈਂ ਸੂਬਾ ਪ੍ਰਧਾਨ BSNL ਕੰਟਰੈਕਟ ਵਰਕਰ ਯੂਨੀਅਨ ਦਾ ਪ੍ਰਧਾਨ ਹੈ ਜੀ, ਅਤੇ ਜਿਹੜਾ ਇਹ ਸਾਡਾ ਬਠਿੰਡੇ ਦੇ ਵਿੱਚ ਧਰਨਾ ਲੱਗਿਆ ਹੋਇਆ, ਸਾਨੂੰ ਇਹ ਧਰਨਾ ਲਾਏ ਨੂੰ ਘੱਟੋ ਘੱਟ 15-20 ਦਿਨ ਹੋ ਗਏ। ਪ੍ਰਸ਼ਾਸਨ ਨੇ ਸਾਡੀ ਅਤੇ ਨਾ ਮੈਨੇਜਮੈਂਟ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਹਾਨੀਸਾਰ ਨੂੰ ਅਸੀਂ ਜੀ ਅੱਕ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ 150-200 ਕਿਲੋਮੀਟਰ ਤੋਂ ਚੱਲ ਕੇ ਵਰਕਰ ਸਾਡੇ ਇੱਥੇ ਪਹੁੰਚੇ ਹੋਏ ਹੈ। ਇਹਨਾਂ ਨਾਲ ਸਾਡੀ ਕੋਈ ਗੱਲ ਸਿਰੇ ਨਹੀਂ ਚੜ੍ਹੀ, ਅਤੇ ਜਿਹੜੇ ਇੱਥੇ ਅਸੀਂ ਧਰਨਾ ਲਾਇਆ ਜੀ, ਕੱਲ੍ਹ ਇਹਨਾਂ ਨਾਲ ਅਸੀਂ ਗੱਲ ਕੀਤੀ, ਸਾਡੀ ਕਿਸੇ ਨੇ ਗੱਲ ਨਹੀਂ ਸੁਣੀ, ਪ੍ਰਸ਼ਾਸਨ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ। ਤਾਂ ਅਸੀਂ ਮਤਲਬ ਗੇਟ ਬੰਦ ਕਰਕੇ ਸਾਰੇ ਮਤਲਬ ਸਟਾਫ ਨੂੰ ਵਿੱਚ ਮਤਲਬ ਮੈਨੇਜਮੈਂਟ ਦੇ ਜਿਹੜੇ DGM ਸਾਹਿਬ ਹੈ ਉਹਨਾਂ ਨੂੰ ਅਸੀਂ ਅੰਦਰ ਬੰਦ ਕਰਤਾ। ਸਾਰੀ ਰਾਤ ਉਹ ਬੰਦ ਰਹੇ ਨੇ ਅਤੇ ਅਸੀਂ ਵੀ ਗੇਟ ਦੇ ਉੱਤੇ ਮਤਲਬ ਆਪਣਾ ਨਜ਼ਰਬੰਦ ਰਹੇ ਹਾਂ, ਉਹਨਾਂ ਦੀ ਰਾਖੀ ਕੀਤੀ ਹੈ। ਸਾਡੇ ਸਾਰੇ ਵਰਕਰ ਮੇਰੇ ਨਾਲ ਨੇ। ਅੱਜ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਰਿਹਾ? ਅੱਜ ਦਾ ਪ੍ਰਦਰਸ਼ਨ ਬਹੁਤ ਕਾਮਯਾਬ ਰਿਹਾ ਜੀ। ਬਾਕੀ ਮੈਂ ਪ੍ਰੈਸ ਦੀ ਬਹੁਤ ਸ਼ਲਾਘਾਯੋਗ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਕਿਸ ਤਰ੍ਹਾਂ ਪ੍ਰਦਰਸ਼ਨ ਕਿਸ ਤਰ੍ਹਾਂ ਕੀਤਾ ਗਿਆ? ਪ੍ਰਦਰਸ਼ਨ ਸਰ ਅਸੀਂ ਨੰਗੇ ਧੜ ਕੀਤਾ ਗਾ। ਸਾਨੂੰ ਇਹਨਾਂ ਨੇ ਪੈਸੇ ਤਾਂ ਕੀ ਦੇਣੇ ਸੀ ਜਿਹੜੇ ਅਸੀਂ ਮਤਲਬ ਆਪਦੀ ਦਿਹਾੜੀਆਂ ਕਰਕੇ ਇਹਨਾਂ ਦੇ ਪੇਟ ਪਾਲਦੇ ਰਹੇ ਹਾਂ, ਅਤੇ ਸਾਨੂੰ ਨੰਗੇ ਕਰਤਾ ਜੀ ਇਹਨਾਂ ਨੇ। ਸਾਡੇ ਕੱਪੜੇ ਵੀ ਅੱਜ ਇਹਨਾਂ ਨੇ ਪ੍ਰਸ਼ਾਸਨ ਨੇ ਆਪਣੇ ਲਾਹਾ। ਕਿੰਨੇ ਮੁਲਾਜ਼ਮ ਹੈ? ਸਾਡੇ ਸਰ ਇੱਥੇ 200 ਦੇ ਕਰੀਬ ਮੁਲਾਜ਼ਮ ਸੀ, ਜਿਨ੍ਹਾਂ ਦੀ ਪੇਮੈਂਟ ਕਿਸੇ ਦੀ 15 ਮਹੀਨਿਆਂ ਦੀ, ਕਿਸੇ ਦੀ 12 ਮਹੀਨਿਆਂ ਦੀ, ਕਿਸੇ ਦੀ 8 ਮਹੀਨਿਆਂ ਦੀ, ਕਿਸੇ ਦੀ 24 ਮਹੀਨਿਆਂ ਦੀ। ਘੱਟੋ ਘੱਟ 2 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ, ਜਿਹੜਾ ਇਹ ਮਿਲੀ ਭੁਗਤੀ ਨਾਲ BSNL ਦੀ ਮੈਨੇਜਮੈਂਟ ਅਤੇ ਠੇਕੇਦਾਰ ਰਲ ਕੇ ਖਾਈ ਜਾਂਦੇ ਨੇ ਜੀ। ਇਹ ਬਠਿੰਡਾ ਦੀ BSNL ਐਕਸਚੇਂਜ ਦੇ ਅੱਗੇ ਇਹ ਮਜ਼ਦੂਰ ਹੈ ਜਿਹੜੇ ਕੱਪੜੇ ਲਾਉਣ ਤੱਕ ਮਜਬੂਰ ਹੋਇਆ। ਉਹਦਾ ਕਾਰਨ ਹੈ ਕਿ ਪਿਛਲੇ 2 ਸਾਲਾਂ ਤੋਂ ਦੀਪਕ ਕੁਮਾਰ ਅਰੋੜਾ ਨਾਮ ਦਾ ਇੱਕ ਠੇਕੇਦਾਰ ਹੈ ਜਿਹੜਾ ਮਨਪ੍ਰੀਤ ਬਾਦਲ ਦਾ ਚਹੇਤਾ ਹੈ, ਤਾਂ ਉਹਨਾਂ ਦਾ 8000 ਰੁਪਏ ਦੇ ਹਿਸਾਬ ਨਾਲ ਇੱਕ ਜਿਹੜਾ ਮਜ਼ਦੂਰ ਹੈ ਉਹ ਕੰਟਰੈਕਟ ਬੇਸ 'ਤੇ ਹੈ, ਅਤੇ ਉਹਦੀ 2 ਸਾਲ ਦੀ ਤਨਖਾਹ ਤਕਰੀਬਨ 2.5 ਕਰੋੜ ਰੁਪਈਆ ਜਿਹੜਾ 2 ਸਾਲਾਂ ਦਾ ਨੱਪੀ ਬੈਠਾ ਹੈ। ਬਹੁਤ ਵਾਰੀ ਇਹਨਾਂ ਨੇ ਪ੍ਰਦਰਸ਼ਨ ਕੀਤਾ ਰੋਡ ਰੋਕ ਕੇ, ਪਰ ਕੱਲ੍ਹ ਇਹਨਾਂ ਨੇ ਜਦੋਂ ਜਥੇਬੰਦੀ ਕੋਲ ਆਪਦੀ ਇਹ ਗੱਲ ਦੀ ਅਪੀਲ ਲੈ ਕੇ ਆਏ ਕਿ ਸਾਡੀ ਬਾਂਹ ਫੜੋ, ਤਾਂ ਅਸੀਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਕਹਿ ਦਿੱਤਾ ਜਾਂਦਾ ਕਿ ਕਿਸਾਨ ਅਤੇ ਮਜ਼ਦੂਰ ਹੈ ਜਿਹੜੇ ਇਹ ਅੱਡੋ ਅੱਡ ਹੈ, ਤਾਂ ਅਸੀਂ ਇੱਥੇ ਇਹ ਸਬੂਤ ਦਿੱਤਾ ਕਿ ਕਿਸਾਨ ਅਤੇ ਮਜ਼ਦੂਰ ਬਿਲਕੁਲ ਇੱਕ ਹੈ। ਅਸੀਂ ਉਹਨਾਂ ਚਿਰ ਇਹ ਪ੍ਰਦਰਸ਼ਨ ਇਹਨਾਂ ਦੇ ਨਾਲ ਮੋਢਾ ਜੋੜ ਕੇ ਖੜਾਂਗੇ ਜਿੰਨਾ ਚਿਰ ਜਿਹੜਾ ਹੈਗਾ ਇਹ ਇਹਨਾਂ ਦਾ ਮਸਲਾ ਹੈ ਜਿਹੜਾ ਹੱਲ ਨਹੀਂ ਹੁੰਦਾ ਅਤੇ ਪੈਸੇ ਇਹਨਾਂ ਦੀਆਂ ਜੇਬਾਂ 'ਚ ਨਹੀਂ ਪੈਂਦੇ। ਅੱਜ ਪ੍ਰਦਰਸ਼ਨ ਕਿਸ ਤਰ੍ਹਾਂ ਕੀਤਾ? ਅੱਜ ਵਾਲਾ ਜਿਹੜਾ ਪ੍ਰਦਰਸ਼ਨ ਹੈ ਜੀ ਇਹ ਨਗਨ ਅਵਸਥਾ 'ਚ ਸਾਡੇ ਮਜ਼ਦੂਰ ਭਰਾ, ਕਿਉਂਕਿ ਸਰਕਾਰ ਹੈ ਜਿਹੜੀ ਉਹ ਇਹਨਾਂ ਗਰੀਬਾਂ ਦਾ ਖੂਨ ਚੂਸਣ ਤੱਕ ਮਜਬੂਰ ਹੋਈ ਹੈ, ਤਾਂ ਅਸੀਂ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਆਪਦੇ ਕੱਪੜੇ ਉਤਾਰ ਚੁੱਕੇ ਹਾਂ। ਜੇ ਤੁਸੀਂ ਗਰੀਬਾਂ ਦਾ ਖੂਨ ਚੂਸਣ ਨਾਲ ਤੁਹਾਡਾ ਢਿੱਡ ਭਰਦਾ ਹੈ ਤਾਂ ਤੁਸੀਂ ਖੂਨ ਚੂਸ ਲਓ। ਜਿਹੜਾ ਦੀਪਕ ਕੁਮਾਰ ਠੇਕੇਦਾਰ ਹੈ ਉਹਦਾ ਸਾਡੇ ਕੋਲ ਜਿਹੜੀ ਖਬਰ ਆਈ ਹੈ ਜੀ, ਮਨਪ੍ਰੀਤ ਬਾਦਲ ਦੀ ਹੋਲਡਿੰਗ 'ਤੇ 1 ਕਰੋੜ ਰੁਪਇਆ ਖਰਚਾ ਕਰ ਦਿੰਦਾ ਹੈ, ਪਰ ਇਹਨਾਂ ਦੇ ਜਿਹੜੇ ਬੱਚੇ ਆ ਉਹ ਭੁੱਖ ਨਾਲ ਵਿਲਕਦੇ ਆ। ਅੱਜ ਬੀਬੀਆਂ ਬੱਚੇ ਸਾਰੇ ਇੱਥੇ ਹੈ, ਅਸੀਂ ਉਹਨਾਂ ਚਿਰ ਨਹੀਂ ਹੱਲਣਾ ਜਿੰਨਾ ਚਿਰ ਇਹਨਾਂ ਦੇ ਜਿਹੜੇ ਬਣਦੇ ਪੈਸੇ ਹੈ ਇਹਨਾਂ ਦੀਆਂ ਜੇਬਾਂ 'ਚ ਨਹੀਂ ਪੈਂਦੇ। ਪ੍ਰਸ਼ਾਸਨ ਨੇ ਕਈ ਵਾਰੀ ਇਹਨਾਂ ਨੂੰ ਕੁਰਕੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪਤਾ ਲੱਗਿਆ ਕਿ ਸਿੱਧੂ ਪਰ ਜਥੇਬੰਦੀ ਜਾਂ ਕਿਸਾਨ ਜਥੇਬੰਦੀ ਇਹਨਾਂ ਨਾਲ ਮਿਲ ਗਈ, ਤਾਂ ਇਹਨਾਂ ਨੂੰ ਇੰਨਾ ਹੌਸਲਾ ਮਿਲਿਆ। ਇਹ ਕਹਿੰਦੇ ਬਾਈ ਜੀ ਸਾਡਾ ਉਦੋਂ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਸਾਥੋਂ ਤਕਰੀਬਨ ਇਸ ਗੱਲ 'ਤੇ ਹੋਇਆ ਖੜਾ ਕਿ ਅਸੀਂ ਇਨਸਾਫ ਦਵਾਵਾਂ। ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।